ਮੈਂ ਤੁਹਾਡੀ ਇੱਕ ਸੋਸ਼ਲ ਮੀਡੀਆ 'ਤੇ ਕਲਿੱਪ ਵਾਇਰਲ ਹੋਈ ਦੇਖ ਰਿਹਾ ਜੀ, ਤੁਸੀਂ ਕਹਿੰਦੇ ਹੋ ਮੈਨੂੰ ਬੋਲਣ ਨਹੀਂ ਦਿੱਤਾ, ਫਿਰ ਮੈਂ ਆਖਿਆ ਜੋ ਇਕੱਲਾ ਇਕੱਲਾ ਬਾਹਰ ਆ ਜੋ ਆਏ ਫਿਰ। ਹਾਂ, ਉਹ ਮੈਨੂੰ ਉੱਠ ਕੇ ਚੈਲੰਜ ਕਰ ਰਹੇ ਸੀਗੇ, ਬੋਲਣ ਦੇ ਲਈ ਆਏ ਆ ਪਾਰਲੀਮੈਂਟ ਦੇ ਵਿੱਚ, ਅਤੇ ਜੇ ਤੁਸੀਂ ਇਸ ਤਰ੍ਹਾਂ ਕਰਦੇ ਹੋ ਮੈਂ ਇਕੱਲਾ, ਤੁਸੀਂ ਆ ਜਾਓ ਬਾਹਰ ਆ ਜਾਓ ਪਾਰਲੀਮੈਂਟ ਦੇ, ਮੈਂ ਤੁਹਾਨੂੰ ਇਕੱਲੇ ਇਕੱਲੇ ਨੂੰ ਠੋਕ ਦਿੰਦਾ। ਝੱਗ ਵਰਗਣ ਬੈਠ ਗਏ ਸਾਰੇ।